ਸੀਬੀਆਈ ਦੀ ਅਦਾਲਤ ਵਿੱਚ ਸੁਮੇਲ ਸਿੰਘ ਸੈਣੀ ਦੇ ਖਿਲਾਫ
तीन आदमियों बलदी भट्ठी जीवे सुट दिता सीगा, पूरा इंसाफ नहीं मिलिया। इस करके जिहड़े पुलिस वाले ने जिहड़े जालम लोग ने थल्लों लैके उत्ते तक यह दोबारा भी वरतने ने, उन्होंने दोबारा भी जद पंजाब दे विच कोई मूवमेंट उठेगी इन्हों लोगों को तशद्द करवाना, ते अज उन्हां नूं जे सजा होलन देंगे ते बेचारे उन्हां दे आके पुलिस वाला क्यों काम करेगा। ते जिहड़े सियासी आगू ने साडे ये भी मोहरे बनते ने, उन्होंने इन्हों सब कुछ पता सी। बादल दे राज विच डेढ़ साल का समा अणपछाते बंदियां दे खिलाफ एफ आई आर दर्ज करनी, कोटकपूरे की एफ आई आर जिहड़ी पहली आ ਉਹ ਪੁਲਿਸ ਵੱਲੋਂ ਪਬਲਿਕ ਦੇ ਉੱਤੇ ਆ। ਆ ਦੂਜੀ ਤਾਂ 2018 ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਅਜੀਤ ਸਿੰਘ ਦੇ ਚੂੜੇ ਵਿੱਚ ਗੋਲੀ ਆਈਡੈਂਟੀਫਾਈ ਕਰਕੇ 370 ਪਰਚਾ ਦਰਜ ਕੀਤਾ ਗਿਆ। ਇਸ ਕਰਕੇ ਅੰਗਰੇਜ਼ੀ ਚ ਨਾ ਦੋ ਛੋਟੇ ਜਿਹੇ ਕੋਰਟਸ ਨੇ ਕਾਨੂੰਨ ਦੇ ਮੁਤਲਕ, ਇੱਕ ਹੈਗਾ ਜਸਟਿਸ ਡਿਲੇ ਇਸ ਜਸਟਿਸ ਡਿਨਾਈ। ਦੁਨੀਆਂ ਕਹਿੰਦੀ, ਮੈਂ ਨਹੀਂ ਕਹਿੰਦਾ, ਵੱਡੇ ਵੱਡੇ ਵਿਦਵਾਨ, ਜਿਹੜਾ ਇਨਸਾਫ ਸਮੇਂ ਸਿਰ ਨਾ ਮਿਲੇ ਉਹ ਕੋਈ ਇਨਸਾਫ ਨਹੀਂਗਾ ਮੇਰੇ ਵੀਰੋ। ਔਰ ਦੂਸਰਾ ਹੈ ਮਿਸਕੈਰੇਜ ਆਫ ਜਸਟਿਸ, ਜਸਟਿਸ ਦਾ ਉਹ ਕੀ ਕਹਿੰਦੇ ਗਰਭਪਾਤ, ਇਹ ਹੋਇਆ ਸਾਡੇ ਨਾਲ ਇਸ ਵਿੱਚ। ਪਰ ਜਿੱਦਾਂ ਮੈਂ ਕਿਹਾ ਕਿ ਲੜਾਈ ਤੋਂ ਪਿੱਛੇ ਨਹੀਂ ਹਟਦਾ, ਔਰ ਦੁੱਖ ਹੈ ਸਰਕਾਰ ਦੇ ਉੱਤੇ ਜੇ ਸਰਕਾਰ ਨੇ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ਵਿੱਚ 8 ਘੰਟੇ, ਮੈਂ ਵੀ ਉੱਥੇ ਸੀਗਾ, ਪਰਮਿੰਦਰ ਸਿੰਘ ਬਹਿਸ ਉੱਥੇ ਸੀਗੇ, 8 ਘੰਟੇ ਉਹਦੇ ਤੇ ਬਹਿਸ ਹੋਈ ਆ। ਔਰ ਮੈਨੂੰ ਫਿਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਜਿਹੜੇ ਲੋਕ ਉੱਥੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀਗੇ, ਚਾਹੇ ਉਹ ਮਿਨਿਸਟਰ ਨੇ ਚਾਹੇ ਰਾਜ ਕਰਨ ਵਾਲੀ ਪਾਰਟੀ ਦੇ ਐਮਐਲਏ, ਤੁਹਾਡਾ ਬਹੁਤ ਵੱਡਾ ਫਰਜ਼ ਆ। ਇਹ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਇਹਨਾਂ ਮਸਲਿਆਂ ਤੇ ਇਕੱਲੇ ਵਿਧਾਨ ਸਭਾ ਵਿੱਚ ਤਕਰੀਰ ਕਰਕੇ ਫੋਟੋਆਂ ਖਿਚਾ ਕੇ ਬਿਆਨ ਲਵਾ ਕੇ ਤੁਸੀਂ ਭੱਜ ਸਕਦੇ ਹੋ, ਲੋਕਾਂ ਦੀ ਅਦਾਲਤ ਚੋਂ ਤੁਸੀਂ ਭੱਜ ਨਹੀਂ ਸਕਦੇ। ਇਸ ਕਰਕੇ ਮੇਰੇ ਵੀ ਉਹ ਸਮਾਂ ਇਜਾਜ਼ਤ ਨਹੀਂ ਦਿੰਦਾ, ਬਹੁਤ ਕੁਛ ਕਿਹਾ ਜਾ ਸਕਦਾ। ਪਰ ਜਿਹੜੀ ਸਰਕਾਰ ਨੇ ਬਹੁਤ ਅਰਸਾ ਆ ਜਿਹੜੇ 3-4 ਸਾਲ ਲਗਾ ਦਿੱਤੇ, ਐਵੇਂ ਹੀ ਬਹੁਤ ਪਹਿਲਾਂ ਸਜ਼ਾ ਦਿੱਤੀ ਜਾ ਸਕਦੀ ਸੀ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਇਕੱਲੇ ਇਕੱਲੇ ਬਿਆਨ, ਇਕੱਲੇ ਇਕੱਲੇ ਦੋਸ਼ੀ ਪੁਲਿਸ ਵਾਲਿਆਂ ਦੇ ਬਿਆਨ ਔਰ ਸੁਮੇਧ ਸਿੰਘ ਸੈਣੀ ਦਾ ਐਫੀਡੇਵਿਟ 14 ਅਕਤੂਬਰ ਦੀ ਰਾਤ ਤੜਕੇ ਸਵੇਰੇ 2 ਵਜੇ ਉਸ ਵਕਤ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਡੀਜੀਪੀ ਨੂੰ ਟੈਲੀਫੋਨ ਕਰਦਾ ਤੇ ਉਧਰ ਸਵੇਰੇ ਤੜਕੇ 6 ਵਜੇ ਪਹਿਲਾਂ ਚੌਂਕ ਚ ਗੋਲੀ ਚੱਲਦੀ ਹੈ ਤੇ ਮੁੜ ਕੇ ਬਹਿਰਲ ਚ ਕਤਲ ਹੋ ਜਾਂਦਾ। ਤੁਹਾਡਾ ਕੀ ਖਿਆਲ ਹੈ, ਐਵੇਂ ਫੋਨ ਸੀਗਾ ਉਹ? ਤੁਹਾਨੂੰ ਕੀ ਲੱਗਦਾ ਕਿ ਮੁੱਖ ਮੰਤਰੀ ਕੋਈ ਸਧਾਰਨ ਸਥਿਤੀਆਂ ਵਿੱਚ 2 ਵਜੇ ਉੱਠ ਕੇ ਟੈਲੀਫੋਨ ਕਰਦਾ ਡੀਜੀਪੀ ਨੂੰ? ਸਾਰਾ ਕੁਛ ਰਿਪੋਰਟ ਵਿੱਚ ਦਰਜ ਸੀਗਾ। ਇਹ ਤਾਂ ਗੱਲ ਲੱਗ ਗਿਆ ਕਿ ਐਸਆਈਟੀ ਬਣਾ ਚੀਫ ਮੁੜ ਤੋਂ ਦਿੱਤਾ, ਇੰਨਾ ਟਾਈਮ ਲਾ ਦਿੱਤਾ। ਹੁਣ ਵੀ ਅਮਰਿੰਦਰ ਸਿੰਘ ਜੀ ਤੁਹਾਡੇ ਕੋਲੋਂ ਲੋਕਾਂ ਨੂੰ ਇਹ ਉਮੀਦ ਆ ਕਿ ਤੁਸੀਂ ਇਹਨਾਂ ਦਿਨਾਂ ਵਿੱਚ ਟਾਈਮ ਬਾਊਂਡ ਇਨਵੈਸਟੀਗੇਸ਼ਨ ਕਰਕੇ ਤੱਥ ਸਾਡੇ ਤੁਹਾਡੇ ਸਾਹਮਣੇ ਨੇ, ਇਹਨਾਂ ਦਿਨਾਂ ਵਿੱਚ ਜਲਦ ਜਲਦੀ ਇਨਵੈਸਟੀਗੇਸ਼ਨ ਕਰਕੇ ਇਹਨਾਂ ਲੋਕਾਂ ਨੂੰ ਸਜ਼ਾ ਦਿਓ। ਤੇ ਐਸਜੀਪੀਸੀ ਦੇਖੋ, ਇਹ ਯਾਰੋ ਸਾਡੇ ਪੁਰਖਿਆਂ ਨੇ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਕੇ, ਬਾਬਾ ਭਾਈ ਲਕਸ਼ਮਣ ਸਿੰਘ ਵਰਗਿਆਂ ਨੇ ਕੁਰਬਾਨੀਆਂ ਕਾਹਦੇ ਲਈ ਦਿੱਤੀਆਂ ਸੀਗੀਆਂ? ਐਸਜੀਪੀਸੀ ਸਾਡੀ ਹਿਫਾਜ਼ਤ ਕਰੇਗੀ, ਸਾਡੀ ਪੜ੍ਹਾਈ, ਸਾਡੀ ਸਿਹਤ ਦੀ ਪ੍ਰਣਾਲੀ ਨੂੰ ਉਹ ਠੀਕ ਰੱਖੇਗੀ। ਲੇਕਿਨ ਐਸਜੀਪੀਸੀ ਦਾ ਆਪਣੇ ਮੁੱਢਲੇ ਅਸੂਲ ਤੋਂ ਭੱਜ ਗਈ ਆ। ਅੱਜ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸ਼ੋਰ ਮੱਚਿਆ ਹੋਇਆ, ਐਸਜੀਪੀਸੀ ਦਾ ਜਿਹੜਾ ਪ੍ਰਧਾਨ ਹੈ ਕੋਈ ਵੀ ਹੈ ਉਹ ਮੂਕ ਦਰਸ਼ਕ ਬਣ ਕੇ ਬੈਠਿਆ, ਅਕਾਲ ਤਖ਼ਤ ਦਾ ਜਥੇਦਾਰ ਏਡਾ ਦੁੱਖ ਆ। ਇੱਕ ਅਕਾਲੀ ਫੂਲਾ ਸਿੰਘ ਵਰਗਾ ਜਥੇਦਾਰ, ਉਹਨਾਂ ਦਾ ਤੁਲਨਾ ਨਹੀਂ ਕਰਦਾ ਤੇ, ਲੇਕਿਨ ਇੱਕ ਭਾਈ ਰਣਜੀਤ ਸਿੰਘ ਵਰਗਾ ਜਥੇਦਾਰ ਜਿਹਨੇ ਜੇਲਾਂ ਕੱਟੀਆਂ ਨੇ, ਕੁਰਬਾਨੀ ਦਿੱਤੀ ਆ, ਇੱਕ ਉਹ ਜਥੇਦਾਰ ਜਿਹਦੇ ਸਾਹਮਣੇ ਪੰਜਾਬ ਦੇ ਵਿੱਚ ਭਾਪੜ ਬਣ ਰਹੇ ਨੇ, ਚੁੱਪ ਬੈਠਾ ਆ। ਔਰ ਇਹਨਾਂ ਤੋਂ ਤਾਂ ਅਸੀਂ ਕੀ ਉਮੀਦ ਰੱਖ ਸਕਦੇ ਹਾਂ, ਜਿਹੜੇ ਅਖੌਤੀ ਆ, ਜਿਹੜਾ ਬਾਦਲ ਦਾ ਲਾਣਾ, ਇਹ ਜਿਹੜਾ ਦਲ, ਇਹ ਦਲਿਆਂ ਦਾ ਦਲ, ਇਹ ਕਾਰਪੋਰੇਟਾਂ ਦਾ ਦਲ, ਇਹਨਾਂ ਤੋਂ ਉਮੀਦ ਰੱਖ ਸਕਦੇ ਅਸੀਂ? ਅਗਰ ਅਕਾਲੀ ਦਲ ਠੀਕ ਹੱਥਾਂ ਵਿੱਚ ਹੁੰਦਾ, ਅੱਜ ਕਿਸੇ ਪਾਰਟੀ ਦੀ ਪੰਜਾਬ ਵਿੱਚ ਲੋੜ ਨਹੀਂ ਸੀ ਮੇਰੇ ਵੀਰੋ, ਕਿਸੇ ਤੀਜੇ ਵਿਕਲਪ ਦੀ ਲੋੜ ਨਹੀਂ, ਕਿਸੇ ਚੌਥੇ ਵਿਕਲਪ ਦੀ ਲੋੜ ਨਹੀਂ। ਅਗਰ ਸ਼੍ਰੋਮਣੀ ਅਕਾਲੀ ਦਲ ਜਿਹੜਾ 100 ਸਾਲ ਪੁਰਾਣੀ ਪਾਰਟੀ, ਜਿਹਦੇ ਤੁਹਾਡੇ ਸਾਰੇ ਬਜ਼ੁਰਗਾਂ ਨੇ ਮੋਰਚਿਆਂ 'ਚ ਜੇਲਾਂ ਕੱਟੀਆਂ, ਕੈਦਾਂ ਕੱਟੀਆਂ, ਕੁਰਬਾਨੀਆਂ ਦਿੱਤੀਆਂ, ਅਗਰ ਉਹ ਨਿਰਪੱਖ ਹੱਥਾਂ ਵਿੱਚ ਹੁੰਦੀ, ਅੱਜ ਅਕਾਲੀ ਦਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਸ ਬੇਇਨਸਾਫੀ ਦੇ ਖਿਲਾਫ ਸਭ ਤੋਂ ਮੋਹਰੇ ਹੋਣਾ ਸੀ ਉਹਨਾਂ ਨੇ। ਸਾਡਾ ਕੰਮ ਨਹੀਂ ਸੀਗਾ, ਮੇਰਾ ਕੰਮ ਨਹੀਂ ਸੀਗਾ, ਪਰਮਿੰਦਰ ਦਾ ਕੰਮ ਨਹੀਂ ਸੀਗਾ, ਕਿਸੇ ਹੋਰ ਐਮਐਲਏ ਦਾ ਕੰਮ ਨਹੀਂ ਸੀਗਾ, ਇਹ ਮੁੱਢਲਾ ਫਰਜ਼ ਸ਼੍ਰੋਮਣੀ ਅਕਾਲੀ ਦਲ ਦਾ ਸੀ। ਲੇਕਿਨ ਉਹ ਅੱਜ ਲੱਡੂ ਵੰਡ ਰਹੇ ਨੇ, ਲੱਡੂ ਵੰਡ ਰਹੇ ਨੇ, ਕਿਹਦੇ ਖਿਲਾਫ ਲੱਡੂ ਵੰਡ ਰਹੇ ਨੇ? ਕਿ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਬਲੀ ਹੋ ਰਹੇ ਨੇ, ਅਰਸ਼ਪਾਲ ਤੇ ਸੁਮੇਧ ਤੇ
पता नहीं गुरदीप ते फलाना आई जी ते फलाना डी आई जी ये खुशियां मना रहे ने। पर मैं तुहानू कहना चाहना लोगो वो कहिंदे ने देर है अंधेर नहीं गा। इन्हां अदालतां इह फर्जी अदालतां ने इहदा तुहानू तुसी 324-325 दी अगाऊं जमानत लैण चल जाओ तुहानू जमानत नहीं दिंदे। इन्हां दोषी पुलिस वालां नू चरणजीत शर्मे वर्गियां नू 302 विच अगाऊं जमानतां अगाऊं एंटीसिपेटरी बेल सिस्टम तो उदों ही ढह ढेरी हो चुका खत्म हो गया सीगा। इस करके इन्हां नू जिहड़ा बचाया गया है मैं कहण लग्या वा जिहड़ा कहिंदा सी ना कि जिन्हां ने बेदबियां कीतियां उन्हां दा कख ना रहे वो दिन दूर नहीं गा मेरे वीरो तुहाडे देखदे आ सब कुछ आवेगा तो जिन्होंने कीतियां ते कराइया ते जिन्होंने सच्चे सौदे दे साध नूं वो मुकदमा वापस लिया और शाक वाला अकाल तख्त का दुरुपयोग करके उन्हें माफी दवाई उहदे नाल समझौता किया वो तो वोटा नहीं आ वो दिन दूर नहीं गा जदों इन्हां दा कख भी नहीं रहेगा मेरे जो कख नहीं रहेगा। लास्ट अखीरली गल इथे तां हो सकदा इथे पैसे दे के खरीद के चौटालिया का कनैक्शन लप के फलाने का प्रेशर पवा के बच सकते ने लेकिन उस वाहेगुरु की अदालत में मैं कह रहा वा इन्हों कोई माफी नहीं हो मिलनी मेरे भी रोज जद तक यह जदोजहद चल रही है सारे का नैतिक फर्ज आ पार्टीबाजी तो उत्ते उठ के जात पात तो उत्ते उठ के क्योंकि गुरु नानक साहब गुरु ग्रंथ साहब किसी एक फिरके एक धर्म का नहीं गा एक जिंदगी जीवन का मैनीफेस्टो है। हर गुरु नानक नाम लेवा दुनिया भर च बैठा है इस अपना इष्ट मानता है। इस करके जब तक इतने इंसाफ नहीं होगा आप सब इसकी जदोजहद जारी रखनी चाहिए। बस इनिया बेनती सीगिया मैं पता भाई साहब ने बोलना और इस बाद सिंबोलिक तौर पर जरा इन्होंने अगुवाई फैसला होया डाकिया सारिया कोई साफ नहीं मिलने गया पर अस दसना चाहते हैं कि असी थोड़े इना जो फर्जी फैसले ने मन घड़त फैसले ने जो दोषियों को बचाते ने यह सानू परवाह नहीं देते। जरा 13 तरीक को केस आ रहा रब का वास्ता बहबल कला गोलीकांड का जिथे 2 नौजवान मारे गए थे उन्होंने फैसले को इस तरह सियासत की भेंट न चढ़ा दो और इतने चौंक के आप लाना दुनिया भर च बैठे लोगों ने जिथे जिथे जिहड़े अखलाकी ने जिहड़े गैरतमंद जिहड़े सुते ने तो सुते रहणगे लड़ाई मेरे भी थोड़े लोग लड़ते होंगे ने। इस करके तुसीं जिहड़ा इह उपराला कीता तुहाडे असीं शुक्रगुजार हां धन्नवाद करदे हां। एक बार अखीर च प्यार नाल फतेह पा दिओ बाकी मैं सीधा मैं ही बोल दिंदा कि भाई साहब भाई रणजीत सिंह जी तुहानूं अज दे इस इकट्ठ का मकसद के नाले जिहड़ा